ਸਤਿ ਸ਼੍ਰੀ ਅਕਾਲ ਜੀ, ਇਹ ਨਿਊ ਹੋਲੈਂਡ 36 ਦੀ ਟਰੈਕਟਰ ਹੈ ਜੀ, 55 ਹੋਰਸ ਪਾਵਰ ਦਾ ਟਰੈਕਟਰ ਹੈ। ਇਹਦੇ ਵਿੱਚ ਅੱਗੇ ਫਰੰਟ ਬੇਟਰ ਨੇ ਜੀ, ਫੋਰ ਵੀਲ ਟਰੈਕਟਰ ਹੈ ਅਤੇ ਇਹਦੇ ਵਿੱਚ ਬਹੁਤ ਸਾਰੇ ਫੀਚਰ ਹੋਰ ਵੀ ਨੇ, ਜਿਵੇਂ ਓਇਲ ਕੂਲਰ ਲੱਗਿਆ ਜੀ, ਅਤੇ ਜਿਹੜਾ ਤੇਲ ਇਹਦਾ ਇੰਜਣ ਦਾ ਉਹ ਵੀ ਠੰਡਾ ਹੁੰਦਾ, ਅਤੇ 2931 cc ਇੰਜਣ ਹੈ, ਅਤੇ ਵੱਡਾ ਅਲਟੀਨੇਟਰ ਹੈ ਜਿਵੇਂ ਆਮ ਕੰਪਨੀਆਂ ਸਾਰੀਆਂ ਦਿੰਦੀਆਂ ਨੇ 35 ਪਾਵਰ ਦਾ ਅਲਟੀਨੇਟਰ। ਅਲਟੀਨੇਟਰ ਇਹਦਾ 45 ਅੰਪੇਅਰ ਦਾ ਜੀ, ਅਤੇ ਬੈਟਰੀ ਹੈ ਜਿਹੜੀ ਉਹ ਵੀ 110 ਅੰਪੇਅਰ ਦੀ ਹੈ। ਇਹਦੇ ਵਿੱਚ ਇੰਡੀਪੈਂਡੈਂਟ ਕਲੱਚ ਹੈ, ਦੇਖੀ ਵੀਰ ਥੱਲੇ ਮੁੰਡਾ ਜਿਹਾ ਇੱਦਾਂ, ਇਹ ਮਤਲਬ ਡਿਊਲ ਕਲੱਚ ਟਰੈਕਟਰ ਹੈ ਜੀ। ਇਹਦੇ ਵਿੱਚ ਜਿਹੜਾ ਕਲੱਚ ਹੈ ਉਹ ਡਬਲ ਕਲੱਚ ਹੈ, ਇੰਡੀਪੈਂਡੈਂਟ ਕਲੱਚ ਹੈ, PTO ਜਿਹੜੀ ਉਹ ਇਸ ਕਲੱਚ ਦੇ ਨਾਲ ਚੱਲਦੀ ਹੈ ਟਰੈਕਟਰ ਦੀ। ਉਸ ਤੋਂ ਬਾਅਦ ਜੇ ਗੇਅਰ ਰੇਂਜ ਦੀ ਗੱਲ ਕਰੀਏ ਜੀ, ਇਹਦੇ ਵਿੱਚ 12+3 ਗੇਅਰ ਬੋਕਸ UG ਗੇਅਰ ਹੈ। ਲੋਅ ਤੋਂ ਲੋਅ ਸਪੀਡ ਕਰ ਸਕਦੇ ਹੋ ਤੁਸੀਂ, ਹਾਈ ਤੋਂ ਹਾਈ ਸਪੀਡ ਕਰ ਸਕਦੇ ਹੋ, ਅਤੇ ਉਸ ਤੋਂ ਬਾਅਦ ਇਹਦੇ ਵਿੱਚ ਲਿਫਟੋਮੈਟਿਕ ਬਟਨ ਲੱਗਿਆ ਜੀ ਉੱਧਰ ਪਰਲੀ ਸਾਈਡ 'ਤੇ, ਅਤੇ ਹਾਈਟ ਲਿਮਿਟਰ ਲੱਗਿਆ ਵਿਦ ਅਸਿਸਟ ਰੈਮ ਲੱਗਿਆ। ਜਿਹੜੀ ਲਿਫਟ ਦੀ ਕਪੈਸਿਟੀ ਹੈ ਉਹ ਇਹਦੀ 2000 kg ਦੀ ਹੈ ਜੀ, ਇਹਦੀ ਅਸਿਸਟ ਰੈਮ ਦੀ। ਉਸ ਤੋਂ ਬਾਅਦ ਜਿਹੜੀ ਸੀਟ ਹੈ ਜੀ, ਬਹੁਤ ਕੰਫਰਟੇਬਲ ਸੀਟ ਹੈ, ਅਤੇ ROPS ਲੱਗਿਆ ਜੀ, ਰੋਲ ਓਵਰ ਪ੍ਰੋਟੈਕਸ਼ਨ, ਅਤੇ ਇਹਦੇ ਉੱਪਰ ਕੰਪਨੀ ਫਿਟਡ ਆਉਂਦਾ ਹੈ। ਉਸ ਤੋਂ ਬਾਅਦ ਪਾਵਰ ਸਟੀਅਰਿੰਗ, ਫੋਰ ਵੀਲ ਟਰੈਕਟਰ ਹੈ ਜੀ ਇਹ। ਇਹਦਾ ਜਿਹੜਾ ਪੰਪ ਹੈ ਜੀ ਉਹ ਰੋਟਰੀ ਹੈ, ਤੇਲ ਦਾ ਖਰਚਾ ਇਸ ਪੰਪ ਦਾ ਬਹੁਤ ਜ਼ਿਆਦਾ ਘੱਟ ਹੈ। ਇਹ ਰੋਟਰੀ ਪੰਪ ਲੱਗਿਆ ਜੀ, ਇਹਨੂੰ ਵੱਡਾ ਰੇਡੀਏਟਰ ਲੱਗਿਆ, ਓਇਲ ਕੂਲਰ ਲੱਗਿਆ ਜੀ, ਪਾਵਰ ਸਟੀਅਰਿੰਗ ਦਾ ਜਿਹੜਾ ਤੇਲ ਹੈ ਉਹ ਵੀ ਮਤਲਬ ਨਾਲ ਦੀ ਨਾਲ ਠੰਡਾ ਹੋ ਜਾਂਦਾ, ਅਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਲਿਫਟ ਦਾ ਫੰਕਸ਼ਨ ਹੈ ਜੀ, ਲਿਫਟੋਮੈਟਿਕ ਬਟਨ ਇਹ ਲੱਗਿਆ ਜੀ। ਤੁਸੀਂ ਖੇਤ ਦੇ ਵਿੱਚ ਵਾਰ ਵਾਰ ਲੀਵਰ ਛੇੜਨ ਦੀ ਲੋੜ ਨਹੀਂ, ਤੁਸੀਂ ਲਿਫਟੋਮੈਟਿਕ ਨਾਲ ਆਪਰੇਟ ਕਰ ਸਕਦੇ ਹੋ। ਉਸ ਤੋਂ ਬਾਅਦ ਡਬਲ ਡਿਸਟ੍ਰੀਬਿਊਟਰ ਲੱਗਿਆ ਜੀ, ਇੱਕ ਲੇਜ਼ਰ ਚਲਾਉਂਦੇ ਹਾਂ ਜੀ ਆਪਾਂ ਪਿੱਛੇ, ਜਾਂ ਕੋਈ ਵੀ ਮਤਲਬ ਐਪਲੀਮੈਂਟ ਡਬਲ ਡਿਸਟ੍ਰੀਬਿਊਟਰ ਦੇ ਨਾਲ ਚਲਾ ਸਕਦੇ ਹਾਂ। ਪਿੱਛੇ 16 ਦੇ ਟਾਇਰ ਨੇ ਜੀ, ਅਤੇ ਅਗਲੇ ਟਾਇਰ ਨੇ ਜਿਹੜੇ ਉਹਦੇ 9, 5, 24 ਦੇ ਨੇ। ਬਹੁਤ ਵਧੀਆ ਟਰੈਕਟਰ।